ਕਿ ਇਹ ਹੈ ਤੁਹਾਡਾ ਸਿਹਤ ਮਾਡਲ। ਆਹ ਦੇਖੋ ਇੱਕ ਪੇਸ਼ੈਂਟ ਬਾਹਰ ਹੀ ਪਿਆ ਵਿਚਾਰਾ, ਆ ਰਹੇ ਵਿਚਾਰੇ ਪੱਖੀਆਂ ਚੱਲ ਰਹੇ। ਹਸਪਤਾਲ ਵਿੱਚ ਤਾਂ ਦੇ ਦਿਓ ਬਿਜਲੀ ਨਾ, 3 ਘੰਟੇ ਹੋ ਗਏ ਲਾਈਟ ਆਈ ਹੈ ਜੀ, ਉੱਪਰ ਬੱਚੇ ਵਾਲੇ 'ਚ ਸਾਰੇ ਬੰਦ ਪਏ ਨੇ, ਬੱਚੇ ਮਰਨ ਕਿਨਾਰੇ ਪਏ ਨੇ ਜੀ। ਸਿਹਤ ਮੰਤਰੀ ਦੇ ਜ਼ਿਲ੍ਹੇ ਵਿੱਚ ਖੁੱਲ੍ਹੀ ਸਿਹਤ ਸਹੂਲਤਾਂ ਦੀ ਪੋਲ। ਦੋ ਸਾਲ ਹੋਏ ਨੇ ਸਰਕਾਰ ਬਣੀ ਨੂੰ ਤੁਹਾਡੀ ਆਪਣੀ। ਆਮ ਆਦਮੀ ਕਲੀਨਿਕ 829 ਖੁੱਲ੍ਹ ਗਏ, 1.5 ਕਰੋੜ ਬੰਦਾ ਉੱਥੇ ਆ ਕੇ ਦਵਾਈ ਲੈ ਗਿਆ, ਸਾਰੇ ਟੈਸਟ ਫ੍ਰੀ ਨੇ, ਸਾਰੀਆਂ ਦਵਾਈਆਂ ਫ੍ਰੀ ਨੇ। ਕੀ ਇਸ ਤਰ੍ਹਾਂ ਹੁੰਦਾ ਵਧੀਆ ਇਲਾਜ? ਕੀ ਇਹ ਹੈ ਆਮ ਆਦਮੀ ਪਾਰਟੀ ਦਾ ਸਿਹਤ ਮਾਡਲ? ਕੀ ਇਹ ਹੈ ਸਿਹਤ ਸਹੂਲਤਾਂ ਵਿੱਚ ਲਿਆਂਦੀ ਗਈ ਕ੍ਰਾਂਤੀ? ਇਹ ਸਵਾਲ ਪੁੱਛ ਰਹੇ ਨੇ ਰਜਿੰਦਰਾ ਹਸਪਤਾਲ ਵਿੱਚ ਮੌਜੂਦ ਮਰੀਜ਼ ਅਤੇ ਉਹਨਾਂ ਦੇ ਪਰਿਵਾਰ, ਜੋ ਸਿਹਤ ਮਾਡਲ ਦਾ ਜਨਾਜ਼ਾ ਨਿਕਲਦਾ ਵੇਖ ਰਹੇ ਨੇ। ਕਿ ਇਸ ਤੋਂ ਪਹਿਲਾਂ ਤਾਂ ਸਿਹਤ ਸਹੂਲਤਾਂ ਦੇ ਹਾਲ ਵਧੀਆ ਸੀ, ਖੈਰ ਤਸਵੀਰਾਂ ਮਾਲਵਾ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਰਜਿੰਦਰਾ ਹਸਪਤਾਲ ਦੀਆਂ ਨੇ, ਜਿੱਥੇ ਬਿਜਲੀ ਨਹੀਂ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਹੋ ਰਿਹਾ। ਸਿਹਤ ਮੰਤਰੀ ਦੇ ਜ਼ਿਲ੍ਹਾ ਹੋਣ ਦੇ ਬਾਵਜੂਦ ਇੱਥੇ ਮੋਬਾਈਲ ਦੀ ਟਾਰਚ ਲਗਾ ਕੇ ਡਿਲੀਵਰੀ ਕੀਤੀ ਗਈ। ਇਹ ਤਸਵੀਰ ਸਿਹਤ ਸਹੂਲਤਾਂ 'ਤੇ ਸਵਾਲ ਖੜ੍ਹੇ ਕਰ ਰਹੀ ਹੈ। ਇਹ ਤਸਵੀਰ ਵੇਖੋ ਕਿਸ ਤਰ੍ਹਾਂ ਮੋਬਾਈਲ ਦੀ ਰੌਸ਼ਨੀ ਵਿੱਚ ਇਸ ਮਹਿਲਾ ਦਾ ਆਪਰੇਸ਼ਨ ਕੀਤਾ ਜਾ ਰਿਹਾ ਹੈ। ਮਰੀਜ਼ ਬਿਨਾਂ ਲਾਈਟ ਤੋਂ ਬੈਠੇ ਨੇ, ਸਟੈਚਰ 'ਤੇ ਮਰੀਜ਼ ਨੂੰ ਲਿਟਾਇਆ ਹੋਇਆ ਅਤੇ ਉਹ ਵਿਚਾਰੇ ਨੂੰ ਹਵਾ ਦੇਣ ਲਈ ਬਰਾਂਡੇ ਵਿੱਚ ਲਿਆਉਂਦਾ ਗਿਆ। ਕਰੀਬ 4 ਘੰਟੇ ਤੱਕ ਰਾਤ ਨੂੰ ਲਾਈਟ ਨਹੀਂ ਸੀ। ਮਰੀਜ਼ ਅਤੇ ਉਹਨਾਂ ਦੇ ਪਰਿਵਾਰਾਂ ਨੇ ਇਲਜ਼ਾਮ ਲਗਾਇਆ ਕਿ ਜਿੱਥੇ ਡਾਕਟਰ ਰਹਿ ਰਹੇ ਨੇ ਉੱਥੇ ਤਾਂ ਲਾਈਟ ਸੀ, ਪਰ ਐਮਰਜੈਂਸੀ ਦੇ ਗਾਇਨੀ ਵਾਰਡ ਵਿੱਚ ਲਾਈਟ ਗਾਇਬ ਸੀ। ਜਦੋਂ ਉਹਨਾਂ ਨੇ ਪੁੱਛਿਆ ਤਾਂ ਕਹਿੰਦੇ ਜਨਰੇਟਰ ਵਿੱਚ ਤੇਲ ਨਹੀਂ, ਜਦ ਆਏਗਾ ਫਿਰ ਲਾਈਟ ਵੀ ਆ ਜਾਏਗੀ। ਨਾ 3 ਘੰਟੇ ਹੋ ਗਏ ਲਾਈਟ ਆਈ ਹੈ ਜੀ, ਅਸੀਂ ਜਨਰੇਟਰ ਵਾਲੇ ਨੂੰ ਫੋਨ ਕੀਤਾ, ਜਨਰੇਟਰ ਵਾਲਾ ਕਹਿੰਦਾ ਜੀ ਦੇਖਦੇ ਜੀ ਜੇ ਤੇਲਦਾਰ ਮਿਲ ਗਿਆ ਤਾਂ ਆ ਜੂੰਗਾ ਜੀ, ਤਾਂ ਮੈਂ ਨਹੀਂ ਆਉਂਦਾ ਜੀ, ਮੈਂ ਆਟੋ 'ਤੇ ਆ ਰਿਹਾ। ਉੱਪਰ ਬੱਚੇ ਵਾਲੇ 'ਚ ਸਾਰੇ ਬੰਦ ਪਏ ਨੇ, ਬੱਚੇ ਮਰਨ ਕਿਨਾਰੇ ਪਏ ਨੇ ਜੀ। ਸਾਡੀ ਦੀ ਮਾਤਾ ਬਿਮਾਰ ਹੈ ਬਹੁਤ ਜ਼ਿਆਦਾ, ਲੀਵਰ ਦੀ ਮਰੀਜ਼ ਹੈ ਜੀ, ਠੀਕ ਹੈ ਜੀ, ਬਹੁਤ ਜ਼ਿਆਦਾ ਉਹ ਐਂ ਨਹੀਂ ਪਤਾ ਵੀ ਕੀ ਹੋ ਸਕਦਾ, ਲੀਵਰ ਫਟਿਆ ਹੋਇਆ। ਅਸੀਂ ਇਹੀ ਗੱਲ ਕਰਦੇ ਸਰਕਾਰ ਨੂੰ, ਵੋਟਾਂ ਵੇਲੇ ਤੁਹਾਡੇ ਨਾਲ ਤਾਂ ਸਾਰੀ ਸਪੋਰਟ ਕਰੀ ਹੈ, ਸਿਹਤ ਮੰਤਰੀ ਹੈ, ਆ ਕੇ ਦੇਖੇ ਜਦੋਂ ਉਸੇ ਦੇ ਜ਼ਿਲ੍ਹੇ 'ਚ ਇਹ ਹੀਲਾ ਹੋ ਰਿਹਾ, ਬਾਹਰ ਤਾਂ ਨਹੀਂ ਕੀ ਕੁਛ ਹੀਲਾ ਹੋ ਰਿਹਾ ਯਾਰ। ਇੱਕ ਪਾਸੇ ਬਿਜਲੀ ਗੁੱਲ ਹੋਣ ਨਾਲ ਤਸਵੀਰਾਂ ਸਾਹਮਣੇ ਆਈਆਂ, ਤਾਂ ਉੱਥੇ ਹੀ ਹਸਪਤਾਲ ਦੇ MS ਗਿਰੀਸ਼ ਸਾਨੀ ਦਾ ਬਿਆਨ ਵੀ ਆਇਆ। ਜੱਚਾ ਬੱਚਾ ਵਾਰਡ ਦੀ ਵਾਇਰਲ ਫੋਟੋ ਵਾਲੇ ਸਵਾਲ 'ਤੇ ਉਹਨਾਂ ਦੀ ਚੁੱਪੀ ਬੜਾ ਕੁਝ ਬਿਆਨ ਕਰ ਰਹੀ ਸੀ, ਪਰ ਬਿਜਲੀ ਨੂੰ ਲੈ ਕੇ ਬੋਲਦਿਆਂ ਕਿਹਾ ਕਿ ਹਸਪਤਾਲ ਵਿੱਚ ਬਿਜਲੀ ਦੀ ਕੋਈ ਸਮੱਸਿਆ ਨਹੀਂ। ਹਸਪਤਾਲ ਵਿੱਚ ਬਿਜਲੀ ਦਾ ਨਾ ਹੋਣਾ ਬਿਜਲੀ ਵਿਭਾਗ ਦੀ ਗਲਤੀ ਕਰਾਰ ਦਿੱਤਾ। ਪਹਿਲੀ ਗੱਲ ਤਾਂ ਇਹ ਨਹੀਂ ਉਸ 'ਤੇ ਮੈਂ ਕਮੈਂਟ ਕਰ ਸਕਦਾ ਜੀ ਵੀ ਉਹ ਫੋਟੋ ਕਿੱਥੋਂ ਦੀ ਹੈ। ਦੂਸਰਾ ਇਹ ਕਮੈਂਟ ਨਹੀਂ ਕੀਤਾ ਜਾ ਸਕਦਾ ਵੀ ਉਹ ਕਦੋਂ ਦੀ ਫੋਟੋ ਹੈ। ਪ੍ਰੋਬਲਮ ਜਿਹੜੀ 3-4 ਦਿਨ ਤੋਂ ਚੱਲ ਰਹੀ ਸੀ ਇਹਨਾਂ ਦੇ ਬਿਜਲੀ ਬੋਰਡ ਵਾਲਿਆਂ ਦਾ, ਜਿਹੜਾ ਮੇਨ ਗ੍ਰਿੱਡ ਹੈ 66 KV ਵਾਲਾ, ਉਹਦੇ ਬ੍ਰੇਕਡਾਊਨ ਹੋ ਗਿਆ ਸੀ, ਫੇਲੀਅਰ ਹੋ ਗਿਆ ਸੀ, ਉਸ ਕਰਕੇ ਇਹ ਸਾਰੀ ਪ੍ਰੋਬਲਮ ਆਈ।
ਇੱਕ ਪਾਸੇ ਸਿਹਤ ਸਹੂਲਤਾਂ ਦੀ ਇਹ ਤਸਵੀਰ ਆਈ ਤਾਂ ਦੂਜੇ ਪਾਸੇ ਇਸ 'ਤੇ ਵਿਰੋਧੀਆਂ ਨੇ ਵੀ ਸਵਾਲ ਖੜ੍ਹੇ ਕਰ ਦਿੱਤੇ। ਸ਼੍ਰੋਮਣੀ ਅਕਾਲੀ ਦਲ ਦੀ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਲਿਖਿਆ, ਬਹੁਤ ਹੀ ਸ਼ਰਮਨਾਕ ਗੱਲ ਸਾਹਮਣੇ ਆਈ ਕਿ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਮੋਬਾਈਲ ਦੀ ਲਾਈਟ ਚਲਾ ਕੇ ਮਹਿਲਾ ਦੀ ਡਿਲੀਵਰੀ ਕੀਤੀ ਗਈ। ਹੁਣ ਇਸ ਗੱਲ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਵਾਬ ਦੇਣ ਕਿ ਇਹ ਹੈ ਤੁਹਾਡੀ ਸਿਹਤ ਕ੍ਰਾਂਤੀ, ਤੁਹਾਡਾ ਫੇਲ ਹੋਇਆ ਦਿੱਲੀ ਮਾਡਲ। ਇਸ ਘਟਨਾ ਨੇ ਸਾਬਿਤ ਕਰ ਦਿੱਤਾ ਕਿ ਪੰਜਾਬ ਸਰਕਾਰ ਕੇਵਲ ਇਸ਼ਤਿਹਾਰਬਾਜ਼ੀਆਂ ਅਤੇ ਵਿਖਾਵੇ ਵਿੱਚ ਹੀ ਭਰੋਸਾ ਰੱਖਦੀ ਹੈ। ਸਿਹਤ ਅਤੇ ਬਿਜਲੀ ਪ੍ਰਬੰਧਾਂ ਦਾ ਜੋ ਹਾਲ ਹੈ ਉਹ ਅੱਜ ਸਭ ਦੇ ਸਾਹਮਣੇ ਹੈ, ਜਵਾਬ ਤਾਂ ਤੁਹਾਨੂੰ ਦੇਣਾ ਹੀ ਪੈਣਾ ਹੈ। ਉਧਰ ਕਾਂਗਰਸ ਦੇ ਸਾਂਸਦ ਰਾਜਾ ਵੜਿੰਗ ਨੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ 'ਤੇ ਲਿਖਦਿਆਂ ਕਿਹਾ, ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਵਿੱਚ ਆਪਣੇ ਫੇਲ ਹੋਏ ਬਦਲਾਅ ਮਾਡਲ ਦੀ ਨਕਲ ਕਰਨਾ ਚਾਹੁੰਦੇ ਨੇ। ਲਗਾਤਾਰ ਬਿਜਲੀ ਬੰਦ ਹੋਣ ਕਾਰਨ ਪੰਜਾਬੀਆਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ, ਸਿਹਤ ਸੇਵਾਵਾਂ ਠੱਪ ਨੇ, ਨਵਜੰਮੇ ਬੱਚੇ ਖਮਿਆਜ਼ਾ ਭੁਗਤ ਰਹੇ ਨੇ। ਰਜਿੰਦਰਾ ਹਸਪਤਾਲ ਪਟਿਆਲਾ ਅਤੇ ਜੈਤੋ ਹਸਪਤਾਲ ਦੀਆਂ ਰਿਪੋਰਟਾਂ ਪੰਜਾਬ ਸਰਕਾਰ ਦੇ ਗਲਤ ਦਾਅਵਿਆਂ ਦੇ ਪਿੱਛੇ ਸੱਚਾਈ ਨੂੰ ਦਰਸਾਉਂਦੀਆਂ ਨੇ। ਆਪ ਸਿਹਤ ਅਤੇ ਬਿਜਲੀ ਖੇਤਰ ਦੇ ਆਪਣੇ ਵੱਡੇ ਦਾਅਵਿਆਂ 'ਤੇ ਬੁਰੀ ਤਰ੍ਹਾਂ ਅਸਫਲ ਰਹੀ ਹੈ। ਹੁਣ ਆਮ ਆਦਮੀ ਪਾਰਟੀ ਵੱਲੋਂ ਅੱਗੇ ਹਰਿਆਣਵੀਆਂ ਨੂੰ ਲੁਭਾਉਣ ਦੀ ਯੋਜਨਾ ਹੈ, ਇਸ ਦੀ ਇਜਾਜ਼ਤ ਨਹੀਂ ਦੇਵਾਂਗੇ। ਸੀਐਮ ਭਗਵੰਤ ਮਾਨ ਹੁਣ ਹਰਿਆਣਾ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਅਤੇ ਪੰਜਾਬ ਵਿੱਚ ਜ਼ੀਰੋ ਬਿੱਲ ਆਉਣ ਦਾ ਦਾਅਵਾ ਵੀ ਠੋਕ ਰਹੇ ਨੇ। 90% ਘਰੋਂ ਕੋ ਬਿਜਲੀ ਕਾ ਬਿੱਲ ਜ਼ੀਰੋ ਆਤਾ ਪੰਜਾਬ ਮੇਂ। ਸੀਐਮ ਸਾਹਿਬ, ਜ਼ੀਰੋ ਬਿੱਲ ਤਾਂ ਆਉਣਾ ਹੀ ਹੈ, ਜਦ ਬਿਜਲੀ ਨਹੀਂ ਆਉਂਦੀ। ਤੁਸੀਂ ਖੇਤਾਂ ਵਿੱਚ ਪੂਰੀ ਬਿਜਲੀ ਆਉਣ ਦੇ ਵਾਅਦੇ ਕਰ ਰਹੇ ਹੋ, ਤੁਸੀਂ ਘਰਾਂ ਵਿੱਚ ਬਿਜਲੀ ਪੂਰੀ ਆਉਣ ਦੇ ਦਾਅਵੇ ਕਰ ਰਹੇ ਹੋ, ਪਰ ਜਨਾਬ ਜ਼ਰਾ ਆਪਣੇ ਸਿਹਤ ਮੰਤਰੀ ਦੇ ਜ਼ਿਲ੍ਹੇ ਵਿੱਚ ਵੀ ਦੇਖੋ। ਸਭ ਤੋਂ ਵੱਡੇ ਹਸਪਤਾਲ ਰਜਿੰਦਰਾ ਹਸਪਤਾਲ ਵਿੱਚ ਮਰੀਜ਼ ਬਿਜਲੀ ਦੀ ਉਡੀਕ ਕਰ ਰਹੇ ਨੇ। ਜਿਸ ਬੱਚੇ ਨੇ ਜਨਮ ਲੈਣਾ ਸੀ ਉਸਨੇ ਕਦੇ ਨਹੀਂ ਸੋਚਿਆ ਹੋਣਾ ਕਿ ਮੇਰੇ ਜਨਮ ਦਿਨ 'ਤੇ ਬਿਜਲੀ ਗੁੱਲ ਹੋਏਗੀ ਅਤੇ ਮਾਂ ਦੀ ਡਿਲੀਵਰੀ ਬਿਨਾਂ ਲਾਈਟਾਂ ਤੋਂ ਸਿਰਫ ਮੋਬਾਈਲ ਦੀ ਰੋਸ਼ਨੀ ਵਿੱਚ ਹੋਏਗੀ। ਮੁਹੱਲਾ ਕਲੀਨਿਕ ਖੋਲ੍ਹਣ ਨੂੰ ਲੈ ਕੇ ਇਸ਼ਤਿਹਾਰਬਾਜ਼ੀ ਤਾਂ ਹੋ ਰਹੀ ਹੈ, ਪਰ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਦੀਆਂ ਤਸਵੀਰਾਂ ਤੁਸੀਂ ਖੁਦ ਹੀ ਵੇਖ ਸਕਦੇ ਹੋ। ਆਖਿਰ ਵਿੱਚ ਲੋਕ ਸਵਾਲ ਪੁੱਛ ਰਹੇ ਨੇ ਕਿ ਇਹੀ ਹੈ ਸਿਹਤ ਮਾਡਲ ਦੀ ਗਾਰੰਟੀ ਕਿ ਇਸ ਤਰ੍ਹਾਂ ਬਣੇਗਾ ਸੂਬਾ ਨੰਬਰ 1। ਪਟਿਆਲਾ ਤੋਂ ਦਮਨਪ੍ਰੀਤ ਸਿੰਘ, PTC ਨਿਊਜ਼।